ਹਲਕਾ ਪੱਟੀ ਦੇ ਤਹਿਤ ਆਉਂਦੇ ਪਿੰਡ ਹਰੀਕੇ ਵਿਖੇ ਪੰਜਾਬ ਸਰਕਾਰ ਵੱਲੋਂ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਸਾਨਾਂ ਅਤੇ ਵੱਖ ਵੱਖ ਕੰਪਨੀਆਂ ਵੱਲੋਂ ਲਗਾਏ ਪ੍ਰਦਰਸ਼ਨੀਆਂ ਸਟਾਲਾਂ ਤੇ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਹਰੀਕੇ ਵਿਖੇ ਜਲਦ ਹੀ ਵੈਟਨਰੀ ਪੋਲੀਟੈਕਨਿਕ ਅਤੇ ਪੋਲੀ ਹਸਪਤਾਲ ਖੋਲ੍ਹੇ ਜਾਣਗੇ ਸਰਕਾਰ ਨੂੰ ਇਹੋ ਜਿਹੇ ਉਪਰਾਲੇ ਲਗਾਤਾਰ ਜਾਰੀ ਰੱਖਣੇ ਚਾਹੀਦੇ ਨੇ ਔਰ ਇਹਨਾਂ ਨੂੰ ਇੱਕ ਥਾਂ 'ਤੇ ਨਹੀਂ ਇੱਕ ਜ਼ਿਲ੍ਹੇ 'ਚ ਨਹੀਂ ਪੂਰੇ 22 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੂੰ ਇਹੋ ਜਿਹੇ ਸੈਂਟਰ ਜਿਹੜੇ ਨੇ ਖੋਲ੍ਹਣੇ ਚਾਹੀਦੇ ਨੇ ਅੱਜ ਜਿਹੜਾ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਹੈਗਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੇ ਮੰਤਰੀ ਸਾਹਿਬ ਦਾ ਸਰਕਾਰ ਦੇ ਵੀ ਧੰਨਵਾਦੀ ਹੈ ਜਿਹੜਾ ਨੀਲੀ ਰਾਵੀ ਦਾ ਇਹਨਾਂ ਨੇ ਮਤਲਬ ਜਿਹੜਾ ਹੈਗਾ ਉਪਰਾਲਾ ਕੀਤਾ ਹੈਗਾ ਉਦਘਾਟਨ ਕਰਨ ਜਾ ਰਹੇ ਹੈਗੇ ਆ ਤਾਂ ਇਹਦੇ ਵਿੱਚ ਇਹਨਾਂ ਨੇ ਹੋਰ ਵੀ ਮਤਲਬ ਜਿਹੜਾ ਹੈਗਾ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੂੰ ਵੀ ਪਾਰਟੀਸਪੇਟ ਕੀਤਾ ਕਰਵਾਇਆ ਅਤੇ ਉਹਦੇ ਵਿੱਚ ਹੀ ਸਾਨੂੰ ਵੀ ਇਹਨਾਂ ਨੇ ਮਤਲਬ ਜਿਹੜਾ ਹੈਗਾ ਡਿਪਾਰਟਮੈਂਟ ਐਗਰੀਕਲਚਰ ਵੱਲੋਂ ਪਾਰਟੀਸਪੇਟ ਕਰਨ ਵਾਸਤੇ ਸੱਦਾ ਦਿੱਤਾ ਗਿਆ ਸੀ ਜਿਹਦੇ ਵਿੱਚ ਅਸੀਂ ਆਪਣੀ ਸਟਾਲ ਲਾਈ ਹੈ ਉਸ ਸਟਾਲ ਦੇ ਵਿੱਚ ਸਾਡਾ ਜਿਹੜਾ ਹੈਗਾ ਮੁੱਖ ਮੰਤਵ ਜਿਹੜਾ ਹੈ ਉਹ ਸੋਇਲ ਕੰਡੀਸ਼ਨ ਜ਼ਮੀਨ ਦੀ ਜਿਹੜੀ ਹੈਗੀ ਆ ਉਪਜਾਊ ਸ਼ਕਤੀ ਆ ਉਹਨੂੰ ਬਣਾ ਕੇ ਰੱਖਣਾ ਅਤੇ ਜਿਹੜੀ ਉਹਦੇ ਵਿੱਚ ਪੈਦਾਵਾਰ ਹੁੰਦੀ ਹੈ ਚਾਹੇ ਉਹ ਇਨਸਾਨ ਲੈਂਦੇ ਆ ਚਾਹੇ ਉਹ ਖੁਰਾਕ ਦੇ ਰੂਪ ਦੇ ਵਿੱਚ ਪਸ਼ੂ ਲੈਂਦੇ ਆ ਤਾਂ ਉਹਨਾਂ ਨੂੰ ਜਿਹੜੀ ਹੈਗੀ ਇੱਕ ਵਧੀਆ ਤੰਦਰੁਸਤ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ ਚੈਨਲ 2